ਮੈਂ 2008 ਵਿੱਚ ਇੰਡੀਆ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲੋਕ ਕੀਤੀ ਸੀ ਐਂਡ ਉਸ ਤੋਂ ਬਾਅਦ ਮੈਂ ਆਪਣੇ ਕਰੀਅਰ ਦੀਆਂ ਆਪਸ਼ਨ ਸੋਚੀਆਂ ਕਿ ਮੈਂ ਅੱਗੇ ਵਧਣਾ ਹੈ ਤੇ ਕਿਵੇਂ ਪੜ੍ਹਨਾ ਹੈ ਮੈਨੂੰ ਪੜ੍ਹਨ ਦਾ ਸ਼ੌਕ ਸੀ ਤੇ ਮੈਂ ਕੈਨੇਡਾ ਦੀ ਲਾਅ ਬਾਰੇ ਸੁਣਿਆ ਸੀ ਤੇ ਮੈਂ ਇਹਨੂੰ ਪਰਸਿਊ ਕੀਤਾ 2010 ਦੇ ਵਿੱਚ ਮੈਂ ਕੈਨੇਡਾ ਦੇ ਇਗਜ਼ਾਮ ਦਿੱਲੀ ਦੇ ਵਿੱਚ ਦਿੱਤੇ ਮੈਂ ਜਦੋਂ ਆਪਣਾ ਪ੍ਰੋਸੈਸ ਚਲੰਗ ਰਹੀ ਸੀ ਉਸ ਵੇਲੇ ਮੈਨੂੰ ਇਹ ਚੀਜ਼ ਬਹੁਤ ਬਾਦਰ ਕਰਦੀ ਸੀ ਕਈ ਵਾਰੀ ਮੈਨੂੰ ਇਹ ਖਿਆਲ ਆਉਂਦਾ ਸੀ ਕਿ ਗੁਲਕਾਰ ਤੇਰੇ ਤੋਂ ਲੋ ਨਹੀਂ ਹੋਣਾ ਯੂ ਕੈਨ ਨੈਵਰ ਬਿਕਮ ਕੈਨੇਡੀਅਨ ਲਾਇਰ ਫਰ ਦੇਰ ਗਿਆ ਹੋਰ ਬਹੁਤ ਸਾਰੀਆਂ ਵਿਮਨਸ ਹੋਣ ਗਿਆ ਆਊਟ देयर ਗਰਲਸ ਹੋਣ ਗਿਆ ਜਿਹੜੀਆਂ ਕਿਸੇ ਨਾ ਕਿਸੇ ਕਾਰਨ ਕਰਕੇ ਸੋਚਦੀਆਂ ਹੋਣੇ ਮੇਰੇ ਤੋਂ ਨਹੀਂ ਹੋਣਾ ਅੱਜ ਉਹਨਾਂ ਨੂੰ ਇੱਕ ਪੁਸ਼ ਮਿਲ ਜਾਣਾ ਕਿ ਨਹੀਂ ਜੇ ਗੁਲਕਾਰ ਸਕਦੇ ਆ ਜਾਂ ਸਤਿੰਦੇ ਸੱਤੀ ਕਰ ਸਕਦੇ ਆ ਜਾਂ ਹੋਰ ਕੁੜੀਆਂ ਜਿਨ੍ਹਾਂ ਨੂੰ ਤੁਸੀਂ ਪੜਾਇਆ ਹੋਰ ਮੁੰਡੇ ਜਿਨ੍ਹਾਂ ਨੂੰ ਪੜਾਇਆ ਜੋ ਉਹ ਕਰ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਜੀ ਫਰੋਂ ਉਹ ਲੋਕ ਜਿਹੜੇ ਸੋਚਦੇ ਆ ਕਿ ਲਾਅ ਕਿਵੇਂ ਕੀਤਾ ਜਾਵੇ ਉਹਨਾਂ ਦੇ ਲਈ ਪਹਿਲਾ ਸਟੈਪ ਕੀ ਹੈ ਕੀ ਕਰਨ ਉਹ ਪਹਿਲੀ ਚੀਜ਼ ਤੇ ਹੈਗੀ ਹੈ ਕਿ ਕਈਆਂ ਨੇ ਲਾਅ ਡਿਗਰੀ ਬੇਸਿਕ ਹੁੰਦੀ ਆ ਹਾਂਜੀ ਉਹਨਾਂ ਦਾ ਲਾਅ ਪ੍ਰੋਸੈਸ ਡਿਫਰੈਂਟ ਹੈ ਕਈਆਂ ਕੋ ਲਾਅ ਡਿਗਰੀ ਵੀ ਨਹੀਂ ਹੁੰਦੀ ਜਸਟ ਬਿਕਾਜ਼ ਤੁਹਾਡੇ ਕੋ ਲਾਅ ਡਿਗਰੀ ਨਹੀਂ ਆ ਡਸ ਨਾਟ ਮੀਨ ਤੁਸੀਂ ਲਾਅਰ ਨਹੀਂ ਬਣ ਸਕਦੇ ਕਿਸੇ ਸਟੇਜ ਤੇ ਤੇ ਜਿ ਭਾਵੇਂ ਕਿਸੇ ਨੇ ਯੂਵੀਸੀ ਤੋਂ ਲਾਅ ਕੀਤਾ ਭਾਵੇਂ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਕੀਤਾ ਭਾਵੇਂ ਤੁਸੀਂ ਇੱਕ ਇੰਟਰਨੈਸ਼ਨਲ ਲਾਇਰ ਹੋ ਜਿਹਨੇ NCIE ਦਾ ਐਗਜ਼ਾਮ ਦਿੱਤੇ ਆ ਸੋ ਯੂ ਗੈਟ दैट ਇਕੁਐਲੈਂਸੀ ਦੈਟਸ ਅ ਬਿਊਟੀਫੁਲ ਫੀਲਿੰਗ ਕਿ ਤੁਸੀਂ ਉਸ ਚੀਜ਼ ਨੂੰ ਅਚੀਵ ਕਰ ਲੈਂਦੇ ਹੋ ਪਹਿਲੀ ਚੀਜ਼ ਜਿਹੜੀ ਹੈਗੀ ਆ ਤੁਸ ਜ਼ਿਕਰੋ ਸੰਜਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾ ਦਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਵਾਲੇ ਹਾਂ ਤੇ ਇੱਕ ਖਾਸ ਟੌਪਿਕ ਦੇ ਉੱਤੇ ਗੱਲਬਾਤ ਹੋਣ ਵਾਲੀ ਹੈ ਗੱਲਬਾਤ ਹੋਣ ਵਾਲੀ ਹੈ ਕਰੀਅਰ ਨੂੰ ਲੈ ਕੇ ਤੇ ਕਰੀਅਰ ਉਹ ਵੀ ਲੋਅਰ ਬਣਨ ਦਾ ਲਾਅ ਦੇ ਵਿੱਚ ਤੁਸੀਂ ਆਪਣਾ ਕਰੀਅਰ ਕਿਵੇਂ ਬਣਾ ਸਕਦੇ ਆ ਕਈ ਵਾਰ ਹੁੰਦਾ ਹੈ ਕਿ ਅਸੀਂ ਲਾਅ ਦੀ ਸਟੱਡੀ ਤਾਂ ਕੀਤੀ ਹੁੰਦੀ ਆ ਪਰ ਅੱਗੇ ਆ ਕੇ ਉਹਨੂੰ ਪ੍ਰਸੀੂ ਕਰਨ ਤੋਂ ਕਈ ਵਾਰੀ ਕਈ ਮੁਸ਼ਕਲਾਂ ਆ ਜਾਂਦੀਆਂ ਨੇ ਕਈ ਤੁਹਾਡੇ ਲਾਈਫ ਦੇ ਵਿੱਚ ਅਜਿਹੇ ਸਰਕਮਸਟੈਂਸਸ ਪਾ ਚਾਉਂਦੇ ਨੇ ਕਿ ਤੁਸੀਂ ਅੱਗੇ ਪ੍ਰਸੀੂ ਨਹੀਂ ਕਰ ਪਾਉਂਦੇ ਜਾਂ ਫਿਰ ਤੁਸੀਂ ਜਾਣਦੇ ਆ ਕਿ ਅਸੀਂ ਕਿਤੇ ਬੈਠੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੈਠੇ ਆ ਤੇ ਉਸ ਤੋਂ ਬਾਅਦ ਸੋਚਦੇ ਆ ਕਿ ਕੈਨੇਡਾ ਆਣਾ ਤੇ ਉਹ ਕੈਨੇਡਾ ਆ ਕੇ ਲਾਇਰ ਬੰਨਾ ਤੇ ਰਾਹ ਦੇ ਵਿੱਚ ਕਿਹੜਾ ਸਟੈਪ ਹੈ ਜਿਹੜਾ ਤੁਸੀਂ ਚੜ੍ਹ ਸਕਦੇ ਆ ਉਸ ਬਾਰੇ ਗੱਲਬਾਤ ਕਰਨੀ ਆ ਕਿਉਂਕਿ ਲਾਅ ਅੱਜਕੱਲ ਬੜਾ ਫੇਮਸ ਹੋ ਚੁੱਕਿਆ ਹੈ ਖਾਸ ਕਰਕੇ ਉਦੋਂ ਤੋਂ ਜਦੋਂ ਸਤਿੰਦਰ ਸੱਤੀ ਨੇ ਲਾਅ ਕੀਤਾ ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਇੱਕ ਔਰਤ ਜਿਹੜੀ ਇੱਕ ਮੁਕਾਮ ਤੇ ਹੈ ਟਾਪ ਦੇ ਉੱਤੇ ਹੈ ਤੇ ਉਹ ਲਾਇਰ ਬਣਨ ਦਾ ਵੀ ਦਿਲ ਦੇ ਵਿੱਚ ਸੁਪਨਾ ਰੱਖਦੀ ਸੀ ਤੇ ਉਸ ਨੇ ਟਾਈਮ ਤੋਂ ਟਾਈਮ ਕੱਢਿਆ ਉਸ ਦੇ ਉੱਤੇ ਫੋਕਸ ਕੀਤਾ ਤੇ ਲਾਇਰ ਬਣ ਗਈ ਤੇ ਲਾਇਰ ਬਣਾਉਣ ਵਾਲੇ ਰੋਣ ਵਾਲੇ ਅੱਜ ਸਾਡੇ ਨਾਲ ਨੇ ਤੇ ਉਹ ਸਿਰਫ ਸਤਿੰਦਰ ਸੱਤੀ ਨੂੰ ਨਹੀਂ ਹਜ਼ਾਰਾਂ ਔਰਤਾਂ ਨੂੰ ਹਜ਼ਾਰਾਂ ਮੁੰਡਿਆਂ ਨੂੰ ਕੁੜੀਆਂ ਨੂੰ ਹਜ਼ਾਰਾਂ ਉਹਨਾਂ ਸਟੂਡੈਂਟਸ ਨੂੰ ਲਾਅ ਬਣਾਉਣ ਦੇ ਰਾਹ ਦੇ ਉੱਤੇ ਤੋੜ ਚੁੱਕੇ ਨੇ ਜਿਹੜੇ ਚਾਹੁੰਦੇ ਸੀ ਕਿ ਅਸੀਂ ਲਾਇਰ ਬਣ ਸਕੀਏ ਇਨਸਾਫ ਕਿਸ ਨੂੰ ਨਹੀਂ ਪਸੰਦ ਸੇ ਜੇ ਇਨਸਾਫ ਚਾਹੀਦਾ ਹੁੰਦਾ ਤਾਂ ਲਾਇਰ ਦੀ ਜ਼ਰੂਰਤ ਹੁੰਦੀ ਹੈ ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕੌਣ ਨੇ ਮੇਰੇ ਨਾਲ ਮੇਰੇ ਨਾਲ ਨੇ ਨਵਦੀਪ ਕੌਰ ਵਿਰਕ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਨਵਦੀਪ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰ ਵੈਰੀ ਮੱਚ ਸੰਜਾ ਟੀਵੀ ਫॉर ਹੈਵਿੰਗ ਮੀ ਔਨ ਦ ਸ਼ੋ ਇਹਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਲਾਅ ਦੀ ਜਿਹੜੀ ਪੜ੍ਹਾਈ ਹੈ ਉਹਨੂੰ ਇੰਨੀ ਇੰਪੋਰਟੈਂਸ ਦਿੱਤੀ ਤੇ ਯੂ ਥॉट अबाउट ਡੂਇੰਗ ਅ ਪ੍ਰੋਗਰਾਮ ਐਂਡ ਇਨਸਪਾਇਰਿੰਗ ਆਦਰਸ ਇਨ ਦਾ ਪ੍ਰੋਸੈਸ ਥੈਂਕ ਯੂ ਵੈਰੀ ਮਚ ਨਵਦੀਪ ਜੀ ਤੁਹਾਨੂੰ ਗੁਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜਨਵਿਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਸਾਡੇ ਬਹੁਤ ਸਾਰੇ ਈਵਿਊਅਰਸ ਅਜਿਹੇ ਹੋਣਗੇ ਜਿਹੜਾ ਤੁਹਾਨੂੰ ਜਾਣਦੇ ਵੀ ਹੋਣਗੇ ਪਰ ਬਹੁਤ ਸਾਰੇ ਅਜਿਹੇ ਹੋਣਗੇ ਜਿਨ੍ਹਾਂ ਨੇ ਸਤਿੰਦਰ ਸੱਤੀਕਰ ਕੇ ਤੁਹਾਨੂੰ ਸਰਚ ਕਰਨਾ ਸ਼ੁਰੂ ਕਰ ਦਿੱਤਾ ਹੋਣਾ ਤੇ ਉਸ ਤੋਂ ਬਾਅਦ ਹੁਣ ਕਈ ਅਜਿਹੇ ਹੋਣਗੇ ਜਿਨ੍ਹਾਂ ਨੇ ਬਿਲਕੁਲ ਨਹੀਂ ਸੁਣਿਆ ਹੋਣਾ ਜਾਂ ਉਹਨਾਂ ਨੂੰ ਆਪਾਂ ਇਨਫੋਰਮੇਸ਼ਨ ਦਈਏ ਕਿ ਤੁਸੀਂ ਕੀ ਹੈਗੇ ਆ ਤੁਹਾਡਾ ਕੈਨੇਡੀਅਨ ਲਾ ਫਰਮ ਜਿਹੜੀ ਹੈਗੀ ਆ ਉਹ ਕੀ ਕਿੰ ਦੀ ਐ ਟਿਊਟਰ ਤੁਸੀਂ ਹੈਗੀਆਂ ਕੈਨੇਡੀਅਨ ਲਾ ਟਿਊਟਰ ਦੇ ਨਾਮ ਨਾਲ ਵੀ ਤੁਹਾਨੂੰ ਜਾਣਿਆ ਜਾਂਦਾ ਸੋ ਉਹਦੇ ਬਾਰੇ ਥੋੜੀ ਜੀ ਇਨਫੋਰਮੇਸ਼ਨ ਦਿਓ ਜੀ ਸਾਡੇ ਈਵਰਸ ਨੂੰ ਹਾਂ ਜੀ ਮੈਂ ਈਵਰਸ ਨੂੰ ਆਪਣੇ ਬਾਰੇ ਦੱਸਣਾ ਚਾਹਦੀ ਹਾਂ ਮੇਰਾ ਨਾਮ ਨਵਦੀਪ ਵਰਕ ਹੈ ਮੈਂ 2008 ਵਿੱਚ ਇੰਡੀਆ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾ ਕੀਤੀ ਸੀ ਐਂਡ ਉਸ ਤੋਂ ਬਾਅਦ ਮੈਂ ਆਪਣੇ ਕੈਰੀਅਰ ਦੀਆਂ ਆਪਸ਼ਨ ਸੋਚੀਆਂ ਕਿ ਮੈਂ ਅੱਗੇ ਵਧਣਾ ਹੈ ਤੇ ਕਿਵੇਂ ਪੜ੍ਹਨਾ ਹੈ ਮੈਨੂੰ ਪੜ੍ਹਨ ਦਾ ਸ਼ੌਕ ਸੀ ਤੇ ਮੈਂ ਕੈਨੇਡਾ ਦੀ ਲਾਅ ਬਾਰੇ ਸੁਣਿਆ ਸੀ ਤੇ ਮੈਂ ਇਹਨੂੰ ਪਰਸਿਊ ਕੀਤਾ 2010 ਦੇ ਵਿੱਚ ਮੈਂ ਕੈਨੇਡਾ ਦੇ ਐਗਜ਼ਾਮ ਦਿੱਲੀ ਦੇ ਵਿੱਚ ਦਿੱਤੇ ਆਈ ਵਾਸ ਦਾ ਓਨਲੀ ਵਨ ਹੂ ਵਾਸ ਰਾਈਟਿੰਗ ਦਾ ਐਗਜ਼ਾਮ ਐਟ ਥੈਟ ਟਾਈਮ ਇਨ ਦਿੱਲੀ ਬਿਕਾਜ਼ ਇਟਸ ਐਨ ਐਕਸਪੈਰੀਮੈਂਟਲ ਸੈਂਟਰ ਐਂਡ ਮੈਂ ਕੱਲੀ ਹੋਈ ਬੈਠੀ ਪੇਪਰ ਦੇ ਰਹੀ ਸੀ ਕੈਨੇਡਾ ਤੇ ਬਾਈ ਥੈਟ ਰੀਜ਼ਨ ਆਈ ਬਿਕਮ ਫਰਸਟ ਪਰਸਨ ਟੂ ਗੈਟ ਕੁਆਲੀਫਾਈਡ ਐਜ਼ ਕੈਨੇਡੀਅਨ ਲਾਅ ਗ੍ਰੈਜੂਏਟ ਫਰਮ ਇੰਡੀਆ অর ਆਊਟਸਾਈਡ ਕੈਨੇਡਾ ਸੋ so, 2010 ਚੋਂ ਮੇਰੀ ਇੱਕ ਪਹਿਲੀ ਉਪਲਬਧੀ ਸੀ ਜਿਹਨੇ ਮੈਨੂੰ ਅੱਗੇ ਪ੍ਰੇਰਿਤ ਕੀਤਾ ਫਿਰ ਮੈਂ ਕੈਨੇਡਾ ਦੇ ਜਿਹੜੇ ਬਾਰ ਐਗਜ਼ਾਮ ਸੀ ਉਹ ਮੈਂ ਕੈਨੇਡਾ ਆ ਕੇ ਟ੍ਰੋਂਡੋ ਲਿਖੇ ਤੇ ਜਿਹਦੇ ਨਾਲ ਮੈਂ ਕੈਨੇਡੀਅਨ ਲਾਇਸੈਂਸ ਹੋਲਡਰ ਬਣੀ ਪਰ ਮੈਂ ਆਪਣਾ ਬੇਸ ਇੰਡੀਆ 'ਚ ਰੱਖਿਆ ਤੇ ਇੰਡੀਆ ਰਹਿ ਕੇ ਹੋਰਾਂ ਨੂੰ ਪੜ੍ਹਾਉਂਦੀ ਰਹੀ ਕੈਨੇਡਾ ਦੇ ਵਿੱਚ ਤੇ ਆਪਣਾ ਬਿਜ਼ਨਸ ਲਾਂਚ ਕੀਤਾ ਔਨ ਦ ਨੇਮ ਆਫ ਕੈਨੇਡੀਅਨ ਲਾਅ ਟਿਊਟਰ ਕਿਉਂਕਿ ਪੜ੍ਹਦੇ ਹੋਏ ਮੈਨੂੰ ਬੜਾ ਲੱਗਦਾ ਸੀ ਕਿ ਕਈ ਛੋਟੇ ਛੋਟੇ ਚੀਜ਼ਾਂ ਜਦੋਂ ਕੋਈ ਨਹੀਂ ਸਮਝਾਂਦਾ ਨਹੀਂ ਸਮਝ ਆਂਦੀ ਤੇ ਤੁਹਾਨੂੰ ਜਿਹੜੀ ਹੈਗੀ ਥੋੜੀ ਜੀ ਪਰਸਨਲ ਅਪਰੋਚ ਚਾਹੀਦੀ ਹੁੰਦੀ ਹੈ ਪ੍ਰੋਫੈਸ਼ਨ ਦੇ ਵਿੱਚ ਸਾਰਿਆਂ 'ਚ ਆਪਣਿਆਂ 'ਚ ਬੜਾ ਟੈਲੈਂਟ ਹੁੰਦਾ ਹੈ ਬੜੀ ਸਮਝ ਹੁੰਦੀ ਹੈ ਪਰ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ ਜਾ ਕੇ ਥੋੜੇ ਜਿਹੀ ਉਲਝ ਜਾਂਦੇ ਆ ਤੇ ਬੜੇ ਪਿੱਛੇ ਪੈ ਜਾਂਦੇ ਆ ਸੋ ਫਿਰ ਆਪਰ ਉਹ ਲੱਗਦਾ ਕਿ ਮੈਨੂੰ ਨਹੀਂ ਹੋਣਾ ਮੇਰੇ ਤੋਂ ਨਹੀਂ ਹੋਣਾ ਮੈਂ ਜਦੋਂ ਆਪਣਾ ਪ੍ਰੋਸੈਸ ਚ ਲੰਘ ਰਹੀ ਸੀ ਉਸ ਵੇਲੇ ਮੈਨੂੰ ਇਹ ਚੀਜ਼ ਬਹੁਤ ਬਾਦਰ ਕਰਦੀ ਸੀ ਕਈ ਵਾਰੀ ਮੈਨੂੰ ਇਹ ਖਿਆਲ ਆਉਂਦਾ ਸੀ ਕਿ ਗੁਲਕਾਰ ਤੇਰੇ ਤੋਂ ਲਾ ਨਹੀਂ ਹੋਣਾ ਯੂ ਕੈਨ ਨੈਵਰ ਬਿਕਮ ਕੈਨੇਡੀਅਨ ਲਾਇਰ ਔਰ ਸਮਥਿੰਗ ਲਾਈਕ ਦੈਟ ਫਿਰ ਮੈਂ ਆਪਣੇ ਪਰ ਮਿਹਨਤ ਦੇ ਨਾਲ ਕਈ ਚੀਜ਼ਾਂ ਸੌਖੀਆਂ ਕਰਨੀਆਂ ਸਮਝਣੀਆਂ ਕੀਤੀਆਂ ਤੇ ਫਿਰ ਮੈਨੂੰ ਮੈਨੂੰ ਉਹਨੂੰ ਦੂਸਰੇ ਵਾਲਾ ਰਸਤਾ ਸੌਖਾ ਕਰਨਾ ਮੈਨੂੰ ਉਹਦੇ ਵਿੱਚ ਹੋਰ ਵੀ ਜ਼ਿਆਦਾ ਮਜ਼ਾ ਆਣ ਲੱਗਿਆ ਕਿ ਜਦੋਂ ਤੁਸੀਂ ਕਿਸੇ ਨੂੰ ਸਮਝਾਉਂਦੇ ਆ ਪੜ੍ਹਾਉਂਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਹਾਂਜੀ ਇਹ ਸੌਖਾ ਹੈਗਾ ਇਹ ਇਵੇਂ ਵੀ ਹੋ ਸਕਦਾ ਹੈਗਾ ਅੱਛਾ ਗੱਲ ਤੁਸੀਂ ਦੱਸ ਰਹੇ ਹੈਗੇ ਆ ਕਿ ਬਹੁਤ ਔਖਾ ਲੱਗਿਆ ਮੈਨੂੰ ਮੈਨੂੰ ਕੋਈ ਪੜ੍ਹਾਉਣ ਵਾਲਾ ਹੋਵੇ ਇਸ ਤਰ੍ਹਾਂ ਦਾ ਸੋਚਿਆ ਮੈਂ ਕਿਉਂਕਿ ਪੜ੍ਹਨਾ ਤੇ ਪੜਾਉਣਾ ਦੋ ਅਲੱਗ-ਅਲੱਗ ਚੀਜ਼ਾਂ ਨੇ ਕਿਉਂਕਿ ਜੇ ਤੁਸੀਂ ਪੜਾਉਣਾ ਵੀ ਹੈ ਨਾ ਤਾਂ ਵੀ ਤੁਹਾਨੂੰ ਪੜਨਾ ਪੈਣਾ ਤੁਹਾਨੂੰ ਖੁਦ ਨੂੰ ਤੁਹਾਡੇ ਖੁਦ ਤੇ ਕੌਨਫੀਡੈਂਸ ਹੋਣਾ ਪੈਣਾ ਜਦੋਂ ਤੁਸੀਂ ਕਿਹਾ ਕਿ ਮੇਰੇ ਤੋਂ ਹੋਣਾ ਨਹੀਂ ਤੁਹਾਡੇ ਵਰਗੀਆਂ ਹੋਰ ਬਹੁਤ ਸਾਰੀਆਂ ਵਿਮਨਸ ਹੋਣਗੀਆਂ ਆਊਟ देयर ਗਰਲਸ ਹੋਣਗੀਆਂ ਜਿਹੜੀਆਂ ਕਿਸੇ ਨਾ ਕਿਸੇ ਕਾਰਨ ਕਰਕੇ ਸੋਚਦੀਆਂ ਹੋਣੇ ਮੇਰੇ ਤੋਂ ਨਹੀਂ ਹੋਣਾ ਅੱਜ ਉਹਨਾਂ ਨੂੰ ਇੱਕ ਪੁਸ਼ ਮਿਲ ਜਾਣਾ ਕਿ ਨਹੀਂ ਜੇ ਗੋਲ ਕਰ ਸਕਦੇ ਆ ਜਾਂ ਸਤਿੰਦੇ ਸੱਤੀ ਕਰ ਸਕਦੇ ਆ ਜਾਂ ਹੋਰ ਕੁੜੀਆਂ ਜਿਨ੍ਹਾਂ ਨੂੰ ਤੁਸੀਂ ਪੜਾਇਆ ਹੋਰ ਮੁੰਡੇ ਜਿਨ੍ਹਾਂ ਨੂੰ ਪੜਾਇਆ ਜੋ ਉਹ ਕਰ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਕਿਉਂਕਿ ਲਾ ਬਹੁਤ سارے ਲੋਕ ਚਾਹੁੰਦੇ ਆ ਕਿ ਅਸੀਂ ਕਾਲਾ ਕੋਟ ਪਾਈਏ ਹੈਨਾ ਅਸੀਂ ਲਾ ਕਿਸੇ ਦੇ ਲਈ ਲੜੀਏ ਇਨਸਾਫ ਦੇ ਲਈ ਲੜੀਏ ਕਿਉਂਕਿ ਅੱਜ ਕੱਲ ਹੱਕਾਂ ਦੀ ਜਦੋਂ ਗੱਲ ਆਉਂਦੀ ਹੈ ਜਦੋਂ ਗੱਲ ਆਉਂਦੀ ਹੈ ਕਿ ਇਨਸਾਫ ਦੀ ਜਦੋਂ ਕੋਈ ਤੁਹਾਡੇ ਤੁਹਾਡੇ ਤੇ ਜਾਤੀ ਕਰ ਦਿੰਦਾ ਤਾਂ ਇੱਕ ਬੰਦੇ ਤੇ ਹੀ ਤੁਹਾਡਾ ٹرسٹ ਬਣਦਾ ਉਹ ਹੁੰਦਾ ਵਕੀਲ ਤੇ ਵਕੀਲ ਜਿਹੜੇ ਨੇ ਉਹ ਅਪਾ ਅੱਗੇ ਜਾ ਕੇ ਵੀ ਗੱਲ ਕਰਾਂਗੇ ਸੀਟਸ ਦੀ ਵੀ ਗੱਲ ਕਰਾਂਗੇ ਕਿਵੇਂ ਬਣਿਆ ਜਾ ਸਕਦਾ ਉਹਦੀ ਵੀ ਗੱਲ ਕਰਾਂਗੇ ਹੁਣ ਉਹ ਲੋਕ ਜਿਹੜੇ ਸੋਚਦੇ ਐ ਕਿ ਲਾਅ ਕਿਵੇਂ ਕੀਤਾ ਜਾਵੇ ਉਹਨਾਂ ਦੇ ਲਈ ਪਹਿਲਾ ਸਟੈਪ ਕੀ ਐ ਕੀ ਕਰਨ ਉਹ ਤੁਹਾਡੇ ਕੋਲ ਆਣਗੇ ਤਾਂ ਤੁਸੀਂ ਕੀ ਉਹਨਾਂ ਨੂੰ ਸਰਵਿਸਿਜ਼ ਦਿੰਦੇ ਹੋ ਹਾਂਜੀ ਦੇਖੋ ਜੀ ਜਿਹੜੇ ਲਾਅ ਦੇ ਮੇਰੀ ਇੱਕ ਮੇਨ ਜਿਹੜੀ ਪੈਸ਼ਨ ਹੈਗਾ ਉਹ ਕੋਚਿੰਗ ਦੇ ਵਿੱਚ ਹੈਗਾ ਆਮ ਆਲਸੋ ਪ੍ਰੈਕਟਿਸਿੰਗ ਲਾਇਰ ਗੋਲਵਰ ਕਲਾ ਦੇ ਨਾਲ ਮੈਂ ਪ੍ਰੈਕਟਿਸ ਲਾਅ ਕਰ ਰਹੀ ਆ ਪਰ ਮੈਨੂੰ ਕੋਚਿੰਗ ਦੇ ਵਿੱਚ ਮੇਰਾ ਬਹੁਤ ਪੈਸ਼ਨ ਹੈ ਮੈਨੂੰ ਬਹੁਤ ਮਜ਼ਾ ਆਉਂਦਾ ਦੂਸਰਿਆਂ ਦੀ ਨਾਲ ਕੰਮ ਕਰਕੇ ਤੇ ਹੈਲਪ ਕਰਕੇ ਸੋ ਕੋਚਿੰਗ ਦੇ ਵਿੱਚ ਦੋ ਤਰ੍ਹਾਂ ਦੇ ਬੰਦੇ ਆਉਂਦੇ ਆ ਜਿਹੜੇ ਮੈਨੂੰ ਸੋਸ਼ਲ ਮੀਡੀਆ ਥਰੂ ਅਪਰੋਚ ਕਰਦੇ ਆ ਜਾਂ ਜਿਹੜੇ ਨੋਰਮਲ ਮੈਚੀਜ਼ਾਂ ਨੂੰ ਕਮ ਅਕ੍ਰੋਸ ਕਰਦੀ ਆ ਪਹਿਲੀ ਚੀਜ਼ ਤੇ ਹੈਗੀ ਆ ਕਿ ਕਈਆਂ ਨੇ ਲਾਅ ਡਿਗਰੀ ਬੇਸਿਕ ਹੁੰਦੀ ਆ ਹਾਂਜੀ ਉਹਨਾਂ ਦਾ ਲਾਅ ਪ੍ਰੋਸੈਸ ਡਿਫਰੈਂਟ ਹੈ ਕਈਆਂ ਕੋ ਲਾਅ ਡਿਗਰੀ ਵੀ ਨਹੀਂ ਹੁੰਦੀ ਜਸਟ ਬਿਕੋਜ਼ ਤੁਹਾਡੇ ਕੋ ਲਾਅ ਡਿਗਰੀ ਨਹੀਂ ਹੈ ਡਸ ਨਾਟ ਮੀਨ ਤੁਸੀਂ ਲਾਇਰ ਨਹੀਂ ਬਣ ਸਕਦੇ ਕਿਸੇ ਸਟੇਜ ਤੇ ਸੋ ਜਿਹੜਿਆ ਕੋ ਲਾਅ ਡਿਗਰੀ ਹੈਗੀ ਆ ਉਹਨਾਂ ਲਈ ਕੈਨੇਡਾ ਦੇ ਵਿੱਚ ਐਨਸੀਏ ਐਗਜ਼ਾਮਸ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਨੈਸ਼ਨਲ ਬੋਰਡ ਆਪਣੇ ਕੈਨੇਡਾ ਦਾ ਜਿੰਨ ਨੂੰ ਆਪਾਂ ਅਪਲਾਈ ਕਰਦੇ ਆ ਉਹ ਵੈਲਿਊਏਟ ਕਰਦੇ ਨੇ ਹਾਂਜੀ ਉਸ ਵੈਲਿਊਏਸ਼ਨ ਐਪਲੀਕੇਸ਼ਨ ਪ੍ਰੋਸੈਸਟ ਵੀ ਅਸੀਂ ਹੈਲਪ ਕਰਦੇ ਆ ਪਰ ਤੁਸੀਂ ਆਪ ਵੀ ਕਰ ਸਕਦੇ ਹੋ ਇਟਸ ਅ ਵੈਰੀ ਸਟ੍ਰੇਟ ਫਾਰਵਰਡ ਪ੍ਰੋਸੈਸ ਤੇ ਉਸ ਤੋਂ ਬਾਅਦ ਤੁਸੀਂ ਉਹ ਐਗਜ਼ਾਮ ਰਾਈਟ ਕਰਕੇ ਤੁਹਾਡਾ ਇੱਕ ਸਟੈਪ ਇੱਕ ਕੰਪਲੀਟ ਹੋ ਜਾਂਦਾ ਜਿਹਦੇ ਵਿੱਚ ਤੁਸੀਂ ਕੈਨੇਡੀਅਨ ਲਾ ਗ੍ਰੈਜੂਏਟ ਦੇ ਬਰਾਬਰ ਹੋ ਸਕਦੇ ਹੋ ਸੋ ਭਾਵੇਂ ਕਿਸੇ ਨੇ ਯੂਵੀਸੀ ਤੋਂ ਲਾ ਕੀਤਾ ਭਾਵੇਂ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਕੀਤਾ ਭਾਵੇਂ ਤੁਸੀਂ ਇੱਕ ਇੰਟਰਨੈਸ਼ਨਲ ਲਾਇਰ ਹੋ ਜਿਨੇ ਐਨਸੀਏ ਦੇ ਐਗਜ਼ਾਮ ਦਿੱਤੇ ਆ ਸੋ ਯੂ ਗੈਟ ਦੈਟ ਇਕੁਇਲੈਂਸੀ ਦੈਟਸ ਅ ਬਿਊਟੀਫੁਲ ਫੀਲਿੰਗ ਕਿ ਤੁਸੀਂ ਉਸ ਚੀਜ਼ ਨੂੰ ਅਚੀਵ ਕਰ ਲੈਂਦੇ ਹੋ ਪਹਿਲੀ ਚੀਜ਼ ਜਿਹੜੀ ਹੈਗੀ ਆ ਤੇ ਉਸ ਤੋਂ ਬਾਅਦ ਜਿਹੜਾ ਲਾਇਸੈਂਸਿੰਗ ਲਾ ਨੂੰ ਪ੍ਰੈਕਟਿਸ ਕਰਨ ਦਾ ਲਾਇਸੈਂਸ ਹੈਗਾ ਉਹ ਸਾਰੀਆਂ ਪ੍ਰੋਵਿੰਸਸ ਦਾ ਆਪਣਾ ਹੈ ਆਪਣਾ BC ਦਾ ਆਪਣਾ ਹੋਰ ਪ੍ਰੋਸੈਸ ਹੈ ਅਲਬਰਟਾ ਦਾ ਹੋਰ ਹੈ ਆਪਣੇ ਇੰਟਰੀਓ ਦਾ ਹੋਰ ਹੈ ਸੋ ਉਹ ਜਿਹੜਾ ਪ੍ਰੋਸੈਸ ਹੈ ਉਹ ਤੁਹਾਡਾ ਸੈਕੰਡ ਸਟੈਪ ਹੁੰਦਾ ਜੀ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਹੈ ਨਾਲ ਤੁਹਾਡੇ ਪੇਪਰ ਹੁੰਦੇ ਆ ਬੈਰਿਸਟਰ ਇਨਸਟੋਲਸਟਰ ਦੇ ਸੋ ਉਹ ਪ੍ਰੋਸੈਸ ਤੁਹਾਡਾ ਸੈਕੰਡ ਸਟੈਪ ਹੈਗਾ ਉਹ ਵੀ ਡੂਏਬਲ ਹੈ ਉਹ 10 ਮਹੀਨੇ ਤੋਂ 1 ਸਾਲ ਦੇ ਵਿੱਚ ਵਿੱਚ ਤੁਸੀਂ ਕਰ ਸਕਦੇ ਹੋ ਸੋ ਇਫ ਜੇ ਤੁਸੀਂ ਇੰਡੀਆ ਤੋਂ ਲਾਅ ਡਿਗਰੀ ਕੀਤੀ ਹੋਈ ਹੈ ਪਹਿਲਾ ਐਨਸੀਏ ਐਗਜ਼ਾਮ ਤੁਹਾਡਾ ਸਾਲ ਦੇ ਵਿੱਚ ਸੈਕੰਡ ਸਟੈਪ ਤੁਹਾਡ ਅਨਦਰ ਸੋ ਵਿਦਨ 2 ਇਅਰਸ ਯੂ ਕੈਨ ਬਕਮ ਅ ਕੁਆਲੀਫਾਈਡ ਲਾਇਰ ਹਾਂ ਜੀ ਬਿਲਕੁਲ ਐਨਸੀਈਏ ਤੁਸੀਂ ਕਿਹਾ ਕਿ ਇਗਜ਼ਾਮ ਲਿਖਣਾ ਪੈਂਦਾ ਹੈਗਾ ਸੋ ਉਹ ਇਗਜ਼ਾਮ ਲਿਖਣ ਨੂੰ ਕਿੰਨਾ ਕੁ ਟਾਈਮ ਲੱਗਦਾ ਉਹ ਇਗਜ਼ਾਮ ਜਿਹੜੇ ਹੈਗੇ ਉਹਨਾਂ ਦਾ ਸਕੇਡਿਊਲ ਹੁੰਦਾ ਅੱਛਾ ਜੀ ਕਿ ਜਿਵੇਂ ਕੋਈ ਇਗਜ਼ਾਮ ਜੂਨ ਚ ਆਫਰ ਹੋ ਰਿਹਾ ਕੋਈ ਜੁਲਾਈ ਚ ਕੋਈ ਅਗਸਟ ਸੋ ਜਦੋਂ ਤੁਹਾਨੂੰ ਇੱਕ ਵਾਰੀ ਵੈਲਿਊਏਸ਼ਨ origignal ਜਦਸੀਂ ਐਪਲੀਕੇਸ਼ਨ ਕਰਦੇ ਹੋ ਤੁਹਾਨੂੰ ਦੋ ਮਹੀਨੇ ਲੱਗਦੇ ਨੇ ਸੋ ਉਸ ਦੋ ਮਹੀਨੇ ਤੋਂ ਬਾਅਦ ਤੁਹਾਨੂੰ ਨੈਕਸਟ ਜਿਹੜਾ ਸਟੈਪ ਹੈਗਾ ਉਹਦੇ ਵਿੱਚ ਤੁਹਾਨੂੰ ਇਗਜ਼ਾਮ ਡਿਊਰ ਉਹ ਡਿਊਰੇਸ਼ਨ ਦੇ ਹਿਸਾਬ ਨਾਲ ਅਵੇਲੇਬਿਲਿਟੀ ਕਿਹੜੇ ਐਗਜ਼ਾਮ ਆਪਾਂ ਨੂੰ ਲਿਖਣ ਲਈ ਅਵੇਲੇਬਲ ਹੈਗੇ ਨੇ ਉਸ ਹਿਸਾਬ ਨਾਲ 6 ਤੋਂ 8 ਮੰਥਸ ਦੇ ਟਾਈਮ ਦੇ ਵਿੱਚ ਪੇਪਰ ਖਤਮ ਹੋ ਸਕਦੇ ਨੇ ਤੁਹਾਡੇ ਜੀ ਬਿਲਕੁਲ ਅੱਛਾ ਜੇ ਤੁਸੀਂ ਕਿਹਾ ਕਿ ਇੰਡੀਆ ਦੇ ਵਿੱਚ ਬੈਠੇ ਆ ਤੇ ਫਿਰ ਇਹ ਜਿਹੜੀ ਐਨਸੀਈ ਦਾ ਐਗਜ਼ਾਮ ਲਿਖਣਾ ਚਾਹੁੰਦੀ ਪੜਾਈ ਹੈਗੀ ਆ ਉਹ ਤੁਸੀਂ ਆਨਲਾਈਨ ਤਰੀਕੇ ਦੇ ਨਾਲ ਕੀਤੀ ਜੀ ਬਿਲਕੁਕੁਲ ਐਗਜ਼ਾਮ ਬਿਲਕੁਲ ਆਨਲਾਈਨ ਨੇ ਪਹਿਲਾਂ ਇਨ ਪਰਸਨ ਹੁੰਦੇ ਸੀ 2010 ਦੇ ਵਿੱਚ ਪਹਿਲੀ ਵਾਰ ਜਨੂਅਰੀ ਚ ਇਹਨਾਂ ਨੇ ਸੈਂਟਰ ਖੋਲਿਆ ਸੀ ਨਿਊ ਦਿੱਲੀ ਤੇ ਮੈਂ ਜਦੋਂ ਐਗਜ਼ਾਮ ਤੁਹਾਨੂੰ ਦੱਸ ਰਹੀ ਸੀ ਇੱਕ ਮਿੰਟ ਪਹਿਲਾਂ ਕਿ ਮੈਂ ਕਿੱਥੇ ਸੀ ਬੋਲਦੇ ਨੇ ਤੁਸੀਂ ਵਰਚੁਅਲ ਬੈਠੇ ਆਪਣੇ ਇਗਜ਼ਾਮ ਰਾਈਟ ਕਰ ਸਕਦੇ ਹੋ ਕਿਤੋਂ ਵੀ ਕੈਨੇਡਾ 'ਚ ਜੀ ਬਿਲਕੁਲ ਨਦੀਪ ਜੀ ਜਿਵੇਂ ਤੁਸੀਂ ਕਿਹਾ ਕਿ ਕਿਤੋਂ ਮਰਜ਼ੀ ਕਰ ਸਕਦੇ ਹੈਗੇ ਆ ਕਿਤੇ ਮਰਜ਼ੀ ਬੈਠੇ ਤੁਸੀਂ ਇਗਜ਼ਾਮ ਲਿਖ ਸਕਦੇ ਆ ਹੁਣ ਇੱਥੇ ਕੋਈ ਆਪਸ਼ਨ ਤਾਂ ਨਹੀਂ ਹੈਗੀ ਕਿ ਤੁਸੀਂ ਪਰਮਨੈਂਟ ਹੋਣੇ ਚਾਹੀਦੇ ਆ ਤੁਸੀਂ ਜਿਹੜਾ ਆ ਉਹ ਵਰਕ ਪਰਮਿਟ ਤੇ ਹੋਣੇ ਚਾਹੀਦੇ ਆ ਜਾਂ ਫਿਰ ਤੁਸੀਂ ਇੱਥੇ ਸਟੱਡੀ ਪਰਮਿਟ ਤੇ ਹੋਣੇ ਚਾਹੀਦੇ ਆ ਸੋ ਕੀ ਇਧੀਆਂ ਕੋਈ ਗਾਈਡਲਾਈਨਸ ਹੈਗੀਆਂ ਨੇ ਨਹੀਂ ਜੀ ਜਿਹੜੇ ਨੈਸ਼ਨਲ ਬੋਰਡ ਦੇ ਇਗਜ਼ਾਮ ਹੈਗੇ ਨੇ ਉਹਨਾਂ ਲਈ ਕੋਈ ਤੁਹਾਡੀ ਜਿਹੜੀ ਹੈਗੀ ਇਮੀਗ੍ਰੇਸ਼ਨ ਰਿਕੁਆਇਰਮੈਂਟ ਨਹੀਂ ਹੈਗੀ ਦੱਸ ਬਿਊਟੀਫੁੱਲ ਪਰ ਉਹਦੇ 'ਚ ਜਨਲ ਐਪਲੀਕੇਸ਼ਨ ਕਰ ਦਿਓ ਕਿਉਂਕਿ ਤੁਹਾਡਾ ਡਾਟਾਬੇਸ ਬਣ ਜਾਂਦਾ ਔਰ ਤੁਹਾਨੂੰ ਕਵਰਡ ਲੈਟਰ ਤੁਸੀਂ ਦਿਨੇ ਔਰ ਰੈਜ਼ੂਮੇ ਦਿਨੇ ਉਹ ਤੁਹਾਨੂੰ ਬਹੁਤ ਕੇਅਰਫੁਲੀ ਡਰਾਫਟ ਕਰਨਾ ਚਾਹੀਦਾ ਤਾਂ ਕਿ ਤੁਹਾਡਾ ਕਨਫਲਿਕਟ ਨਾ ਹੋਏ ਤੁਹਾਡੇ ਇਮੀਗ੍ਰੇਸ਼ਨ ਪਾਥ ਦੇ ਨਾਲ ਇਸ ਕਰਕੇ ਵੀ ਬਹੁਤ ਲੋਕੀ ਸਾਡੇ ਸਰਵਿਸਿਜ਼ ਲੈਂਦੇ ਨੇ ਕਿਉਂਕਿ ਸਾਨੂੰ ਉਹ ਚੀਜ਼ਾਂ ਦਾ ਪਤਾ ਹੈ ਹਾਊ ਇਟ ਗੇਟ ਕੰਪਲਿਕੇਟਿਡ ਡਾਊਨ ધ ਰੋਡ ਬਟ ਟੂ ਬਿਗਨ ਵਿਦ देयर ਇਜ਼ ਨੋ ਨੀਡ ਮਤਲਬ ਜੇ ਕਿਸੇ ਨੇ ਇੱਥੇ ਆ ਕੇ ਪਤਾ ਹੀ ਹੈ ਵੀ ਲਾ ਬ੍ਰੀਸੂ ਕਰ ਰਹੇ ਹੈਗੇ ਆ ਤੇ ਇੱਥੇ ਆ ਕੇ ਲੋਅਰ ਹੀ ਬੰਨਣਾ ਹੈ ਤੇ ਆ ਕਿ ਟਾਈਮ ਵੇਸਟ ਕਰਨ ਤੋਂ ਬਿਨਾ ਤੁਸੀਂ ਜਿੰਨਾ ਚਿਰ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੈਗਾ ਤੁਸੀਂ ਇੱਥੇ ਆਉਣਾ ਬੜੇ ਆਰਾਮ ਨਾਲ ਪੇਪਰ ਦੇ ਸਕਦੇ ਹੋ ਬਿਲਕੁਲ ਬੜੇ ਆਰਾਮ ਨਾਲ ਪੇਪਰ ਆਪਣਾ ਫਿਨਿਸ਼ ਕਰਾਉ ਸਕਦੇ ਹੋ ਐਂ ਤੁਸੀਂ ਉਹ ਇੱਕ ਸਟੈਪ ਕੰਪਲੀਟ ਕਰਕੇ ਆਉਂਦੇ ਹੋ ਤੇ ਤੁਸੀਂ ਬੜੇ ਆਰਾਮ ਨਾਲ ਇੱਥੇ ਆ ਕੇ ਆਪਣਾ ਨੈਕਸਟ ਸਟੈਪ ਜਿਹੜਾ ਪ੍ਰੈਕਟੀਕਲ ਟ੍ਰੇਨਿੰਗ ਦਾ ਲਾਇਸੈਂਸਿੰਗ ਦਾ 바ਰ ਐਗਜ਼ਾਮ ਦਾ ਉਹਦੇ ਵਿੱਚ ਤੁਸੀਂ ਅੱਗੇ ਪਰਸਿਊ ਕਰ ਸਕਦੇ ਹੋ ਤੇ ਜਿਹੜਾ ਪੇਪਰ ਜਿਹੜਾ ਦਿੱਤਾ ਜਾ ਰਿਹਾ ਹੈਗਾ ਜਾਂ ਆਨਲਾਈਨ ਵੀ ਹੈਗਾ ਤੁਸੀਂ ਜਿਹੜਾ ਖੁਦ ਸਰਵਿਸ ਜਿਹੜੀਆਂ ਨੇ ਉਹ ਦੇ ਰਹੇ ਹੈਗੀਆਂ ਪਰ ਜੇ ਕਿਸੇ ਨੇ ਬਿਲਕੁਲ ਹੀ ਨਹੀਂ ਲਾ ਦੀ ਸਟੱਡੀ ਕੀਤੀ ਪਰ ਹੁਣ ਉਹਨਾਂ ਨੂੰ ਲੱਗਦਾ ਕਿ ਮੈਨੂੰ ਵੀ ਲਾਇਰ ਬਣ ਜਾਣਾ ਚਾਹੀਦਾ ਉਹਨਾਂ ਦੇ ਲਈ ਵੀ ਪਾਥ ਹੈਗੇ ਹਾਂਜੀ ਬੜੇ ਪਾਥਵੇ ਨੇ ਆਪਣੇ ਕੈਨੇਡਾ ਦੇ ਵਿੱਚ ਇੱਕ ਦੇ ਆਪਣੇ ਕੈਨੇਡਾ ਚ ਬੜਾ ਅੱਛਾ ਪ੍ਰੋਗਰਾਮ ਹੈ ਪੈਰਾਲੀਗਲ ਪ੍ਰੋਗਰਾਮ ਅੱਛਾ ਜੀ ਵਿੱਚ ਜਿਹਦੇ ਚ ਪ੍ਰੀ ਲਾ ਡਿਗਰੀ ਕੋਈ ਨਹੀਂ ਚਾਹੀਦੀ ਤੁਹਾਨੂੰ ਪੈਰਾਲੀਗਲ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਜਿਹਦੇ ਵਿੱਚ ਤੁਸੀਂ ਪੈਰਾਲੀਗਲ ਬਣ ਕੇ देयर ਸਰਟਨ ਇਮੀਗ੍ਰੇਸ਼ਨ fam not immigration maybe i uh, may be wrong so uh, family law uh, traffic tickets um, there are some other components notary jehde tusi uh, jehde law de naal related direct <laughs> lawyers wale kam kar sakde ho not fully practicing law there are certain areas jinna ch tusi kar sakde ho unna waste thonu pre law degree oh education zarur hai 2 saal di canada de vich par ohde layi thonu pre law degree ni chahiye ਜੀ ਬਿਲਕੁਲ ਅੱਛਾ ਕਈ ਵਾਰੀ ਨਵਦੀਪ ਜੀ ਕਈ ਮੈਂ ਜਦੋਂ ਐਨਸੀਏ ਦੇਖ ਰਹੀ ਸੀ ਕਿ ਕੀ ਹੁੰਦਾ ਉਹਦੇ ਵਿੱਚ ਇਹ ਕਹਿੰਦੇ ਆ ਕਿ ਤਿੰਨ ਵਾਰੀ ਤੁਸੀਂ ਅਟੈਂਪਟ ਜਿਹੜਾ ਉਹ ਕਰ ਸਕਦੇ ਹੈਗੇ ਆ ਪਰ ਤੁਹਾਡੇ ਕੋਲ ਬਹੁਤ ਸਾਰੇ ਲੋਕ ਇਹ ਆਉਂਦੇ ਆ ਜਦੋਂ ਤਿੰਨ ਵਾਰੀ ਅੱਕ ਚੁੱਕੇ ਹੁੰਦੇ ਆ ਵੀ ਹੁਣ ਨਵਦੀਪ ਕੋਲ ਜਾਇਆ ਜਾਵੇ ਇਹ ਪੜ੍ਹਾਣਗੇ ਹੁਣ ਤੇ ਫੋਰਥ ਟਾਈਮ ਜਿਹੜਾ ਅਸੀਂ ਪਾਸ ਹੋ ਕੇ ਬਾਹਰ ਨਿਕਲਾਂਗੇ ਹੁਣ ਜਿਨ੍ਹਾਂ ਦੇ ਕੋਲੇ ਤਿੰਨ ਵਾਰੀ ਜਿਹੜੇ ਆਪਣੇ ਜਿਹੜੇ ਆਪਣੇ ਪ੍ਰੋਗਰਾਮ ਦੇਖ ਵੀ ਰਹੇ ਹੋਣਗੇ ਆਪਣਾ ਚਾਂਸ ਗਵਾ ਚੁੱਕੇ ਹੋਣਗੇ ਹਜੇ ਵੀ ਉਹਨਾਂ ਕੋਲ ਚਾਂਸ ਹੈਗਾ ਕਿ ਉਹ ਕਰ ਸਕ ਹੈਗਾ ਹਾਂ ਜੀ ਸੋ ਉਹਦੇ ਵਿੱਚ ਸਾਡਾ ਇੱਕ ਪ੍ਰੋਗਰਾਮ ਪ੍ਰੋਸੈਸ ਰੀਮੀਡੀਏਸ਼ਨ ਪਲਾਨ ਕਹਿੰਦੇ ਨੇ ਮਤਲਬ ਚੀਜ਼ਾਂ ਨੂੰ ਸੁਧਾਰਨ ਦਾ ਪਲਾਨ ਹੈਗਾ ਜਿਹੜਾ ਮੈਂ ਪਰਸਨਲੀ ਇੰਟਰਵਿਊ ਕਰਕੇ ਪਲਾਨ ਬਣਾਉਂਦੀ ਹਾਂ ਸਟੂਡੈਂਟਸ ਦੇ ਨਾਲ ਉਹ ਫਿਰ ਐਨਸੀਈ ਨੂੰ ਭੇਜਿਆ ਜਾਂਦਾ ਅਪਰੂਵਲ ਵਾਸਤੇ ਤੇ ਉਹਨਾਂ ਨੂੰ ਚੌਥੀ ਵਾਰ ਉਸ ਪ੍ਰੋਗਰਾਮ ਦੇ ਥਰੂ ਜਿਹੜੀ ਅਪਰੂਵਲ ਮਿਲ ਜਾਂਦੀ ਹੈ ਪੇਪਰ ਦੇ ਲਈ ਔਰ ਪਰਮਾਤਮਾ ਦੀ ਮਿਹਰ ਹੈ ਕਿ ਸਾਰੇ ਪਾਸ ਹੋ ਜਾਂਦੇ ਨੇ ਸੋ ਜੇ ਆਪਾਂ ਮਿਹਨਤ ਕਰੀਏ ਤੁਸੀਂ ਮਿਹਨਤ ਕਰੋ ਮੈਂ ਮਿਹਨਤ ਕਰਾਂ ਸੋ ਆਪਾਂ ਡੈਫੀਨੇਟਲੀ ਉਹਦੇ ਚੋਂ ਨਿਕਲ ਜਾਵਾਂਗੇ ਜੇ ਤੁਸੀਂ ਕਿਸੇ ਵੀ ਲੈਵਲ ਦੇ ਉੱਤੇ ਹਾਰ ਕੇ ਇੱਕ ਸਟੈਪ ਪਿੱਛੇ ਹੋ ਗਏ ਹੋ ਤੇ ਡਰੋ ਨਹੀਂ ਇਟਸ ਡੂਏਬਲ ਹਮਮ ਜਿਵੇਂ ਤੁਸੀਂ ਕਿਹਾ ਕਿ ਕਿਸੇ ਵੀ ਟਾਈਮ ਦੇ ਉੱਤੇ ਕੀਤੀ ਜਾ ਸਕਦਾ ਇਜ਼ देयर 애니 ਏਜ ਲਿਮਿਟ ਨਹੀਂ ਜੀ ਐਨਸੀਏ ਦੀ ਕੋਈ ਏਜ ਲਿਮਿਟ ਨਹੀਂ ਮੇਰਾ 10 ਸਾਲ ਦੇ ਮੇਰੇ ਕੈਰੀਅਰ ਚ ਮੇਰਾ ਯੰਗੇਸਟ ਸਟੂਡੈਂਟ 21 ਸਾਲ ਦਾ ਸੀ ਤੇ 올ਡਸ ਮੇਰਾ 72 ਇਅਰ 올ਡ ਸੀ <laughs> मतलब ਕਿਸੇ ਵੀ ਟਾਈਮ ਦੇ ਉੱਤੇ ਤੁਸੀਂ ਪੜ੍ਹ ਸਕਦੇ ਆ ਉਹ ਸਾਡੇ ਦਿਮਾਗ ਦੇ ਵਿੱਚ ਹੁੰਦਾ ਕਿ ਉਹ ਅਚਾ ਸਰਟਨ ਏਜ ਤੋਂ ਬਾਅਦ ਤੁਸੀਂ ਪੜ੍ਹ ਨਹੀਂ ਸਕਦੇ ਹੈ ਹਾਂ ਜੀ ਮੈਨੂੰ ਲੱਗਦਾ ਖਾਸ ਕਰਕੇ ਲਾ ਜਿਹੜਾ ਹੈ ਉਹ ਬਹੁਤ ਘੱਟ ਲੋਕ ਸੋਚਦੇ ਕਿ ਅਸੀਂ ਲਾਇਰ ਬਨ ਜਾਈਏ ਪਰ ਹਾਂ ਉਹਨਾਂ ਕੋਲ ਸਪਿਰਿਟ ਹੈ ਜਿਹੜੇ 72 ਸਾਲ ਦੀ ਉਮਰ ਦੇ ਵਿੱਚ ਵੀ ਜਾ ਕੇ ਕਹਿੰਦੇ ਆ ਕਿ ਨਹੀਂ ਅਸੀਂ ਲਾ ਪੜ੍ਹਨਾ ਹੈ ਲਾ ਪੜ੍ਹਨਾ ਹੈ ਹਾਂ ਜੀ ਜੀ ਸੋ ਉਹਨਾਂ ਸਟੂਡੈਂਟਸ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਹਿੰਦਾ ਬਹੁਤ ਵਧੀਆ ਰਿਹਾ ਔਰ ਉਹ ਇੰਨੀ ਕਿਉਂਕਿ ਉਹਨਾਂ ਕੋਲ ਆਪਣੀ ਜ਼ਿੰਦਗੀ ਦਾ ਇਹਨਾਂ ਤਜਰਬਾ ਹੁੰਦਾ ਮੈਂ ਇੱਕ ਸਾਰੀ ਚੀਜ਼ ਦਰਸ਼ਕਾਂ ਨੂੰ ਇੰਨੀ ਜ਼ਰੂਰ ਚੀਜ਼ ਕਹਿਣਾ ਚਾਹੂੰਗੀ ਕਿ ਜੋ ਵੀ ਆਪਾਂ ਜ਼ਿੰਦਗੀ ਚ ਕਰ ਰਹੇ ਆ ਜਿਸ ਲੈਵਲ ਤੇ ਹੈਗੇ ਆ ਜਿਹੜੇ ਵੀ ਮਰਜੀ ਪ੍ਰੋਫੈਸ਼ਨ ਨੂੰ ਪਰਸੂ ਕਰ ਰਹੇ ਆ ਆਪਣੇ ਐਕਸਪੀਰੀਅੰਸ ਦੇ ਵਿੱਚ ਕੋਈ ਨਾ ਕੋਈ ਸਕਿੱਲ ਆਪਾਂ ਆਲਰੇਡੀ ਸਿੱਖ ਰਹੇ ਆ ਸੋ ਤੁਸੀਂ ਲਾ ਤੋਂ ਪੜ੍ਹਾਈ ਤੋਂ ਦੂਰ ਨਹੀਂ ਹੈਗੇ ਜੋ ਤੁਸੀਂ ਜ਼ਿੰਦਗੀ ਚ ਸਿੱਖ ਰਹੇ ਆ ਉਹਨੂੰ ਆਪਾਂ ਕੈਨੇਡਾ ਦੀ ਲੈਂਗੁਏਜ ਟ੍ਰਾਂਸਫਰੇਬਲ ਸਕਿੱਲਸ ਕਹਿੰਦੇ ਆ ਸੋ ਉਹ ਜਿਹੜੇ ਸਕਿਲਸ ਨੇ ਉਹ ਤੁਹਾਡੀ ਨੌਲੇਜ ਆ ਉਹ ਤੁਹਾਡੀ ਸਿਆਣਾਪ ਹੈ ਉਹਨੂੰ ਲਾਅ ਦੀ ਪਰਿਭਾਸ਼ਾ ਚ ਤੁਹਾਡਾ ਅੱਛਾ ਕੋਚ ਉਹਨੂੰ ਬਦਲ ਸਕਦਾ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਨੂੰ ਤੇ ਆਲਰੇਡੀ ਪਤਾ ਸੀ ਤੇ ਇਹ ਚੀਜ਼ਾਂ ਐਵੇਂ ਨਹੀਂ ਹਮ ਹਮ ਸੋ ਉਹ ਜਿਹੜਾ ਹੈਗਾ ਪ੍ਰੋਸੈਸ ਤੁਹਾਨੂੰ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਤੇ ਉਹਦੇ ਚ ਆਪਣੇ ਆਪ ਤੇ ਭਰੋਸਾ ਰੱਖਣਾ ਚਾਹੀਦਾ ਅੱਛਾ ਰਿਕੁਆਇਰਮੈਂਟਸ ਹੋਰ ਕਿਹੜੀਆਂ ਕਿਹੜੀਆਂ ਨੇ ਜੇ ਸਾਡੇ ਵਿਊਅਰਸ ਦੇਖ ਰਹੇ ਨੇ ਕਿ ਉਹਨਾਂ ਨੇ ਲਾਅ ਕਰਨਾ ਹੈਗਾ ਤੇ ਉਹ ਸਕ੍ਰੈਚ ਤੋਂ ਸ਼ੁਰੂ ਕਰਨਾ ਚਾਹੁੰਦੇ ਨੇ ਤੇ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਤੁਸੀਂ ਦੇਖਦੇ ਆ ਉਹਨਾਂ ਦੇ ਹਾਂਜੀ ਦੇਖੋ ਜਿਹੜੀਆਂ ਰਿਕੁਆਇਰਮੈਂਟਸ ਨੇ ਫॉर ਸਕ੍ਰੈਚ ਤੋਂ ਲਾਅ ਸ਼ੁਰੂ ਕਰਨਾ ਆਪਾਂ ਲਾਅ ਡਿਗਰੀ ਕਰਨੀ ਹੈ ਆਪਾਂ ਪੈਰਾਲੀਗਲ ਦਾ ਕੋਰਸ ਕਰਨਾ ਹੈ ਆਪਾਂ ਲੀਗਲ ਅਸਿਸਟੈਂਟ ਦਾ ਕੋਰਸ ਕਰਨਾ ਹੈਗਾ ਸੋ ਉਹ ਸਾਰੀਆਂ ਚੀਜ਼ਾਂ ਕਿ ਤੁਸੀਂ ਲਾਅ ਦੇ ਵਿੱਚ ਕਿਵੇਂ ਇਨਵੋਲ ਹੋਣਾ ਚਾਹੁੰਦੇ ਹੋ ਕਿਸ ਲੈਵਲ ਤੇ ਇਨਵੋਲ ਹੋਣਾ ਚਾਹੀਦਾ ਲੀਗਲ ਅਸਿਸਟੈਂਟ ਬਹੁਤ ਵਧੀਆ ਜੌਬ ਹੈ ਤੁਸੀਂ ਸਾਰਾ ਦਿਨ ਉਸ ਫੀਲਡ ਚ ਰਹਿੰਦੇ ਹੋ ਐਂਡ ਇਟਸ ਅ ਵੈਰੀ ਗੁੱਡ ਆਫਿਸ ਜੌਬ ਐਂਡ ਬੜੀ ਅੱਛੀ ਗ੍ਰੋਥ ਹੈਗੀ ਜਿਵੇਂ ਕੰਪਨੀਆਂਜ਼ ਆ ਡੈਂਟਨ ਯੂ نو ਐ ਵੀ ਆਪਣੇ ਰੋਮੈਰਿਕ ਸਟੂਡੈਂਟ ਸੀ ਜਿਹਨੇ ਲਾਅ ਕੀਤੀ ਹੋਈ ਸੀ ਪਰ ਉਹ ਲੀਗਲ ਅਸਿਸਟੈਂਟ ਜੋ ਜੌਬ ਕਰਦੀ ਸੀ ਉਹਨੂੰ 85000 ਦਾ ਪੈਕੇਜ ਸੀ ਜਸ ਬਿਕਾਜ਼ ਸ਼ੀ ਵਾਸ ਸੋ ਗੁੱਡ ਸੋ ਲਾਅ ਇੱਕ ਇਹ ਜੀ ਫੀਲ ਹੈ ਜਿਹਦੇ ਚ ਅਪਰ ਲਿਮਿਟ ਪੈਸਾ ਕਮਾਉਣ ਦੀ ਨਹੀਂ ਹੈਗੀ ਤੁਸੀਂ ਆਪਣੇ ਆਪ ਨੂੰ ਕਿਸੇ ਲੈਵਲ ਤੇ ਭਾਵੇਂ ਪੈਰਾਲੀਗਲ ਹੋ ਭਾਵੇਂ ਲੀਗਲ ਅਸਿਸਟੈਂਟ ਹੋ ਭਾਵੇਂ ਲੋਅਰ ਹੋ ਤੁਸੀਂ ਬਹੁਤ ਅੱਛੀ ਤਰ੍ਹਾਂ ਗਰੋਅ ਕਰ ਸਕਦੇ ਹੋ ਜੀ ਬਿਲਕੁਲ ਆਪਣੇ ਸੁਪਨਿਆਂ ਨੂੰ ਵੱਡਾ ਕਰ ਸਕਦੇ ਹੋ ਸੋ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਲਾਅ ਦੀ ਕਮਿੰਗ ਬੈਕ ਟੂ 댓 ਜੇ ਤੁਸੀਂ ਲੋਅ ਡਿਗਰੀ ਨਹੀਂ ਕਰੀ ਹੋਈ ਤਾਂ ਤੁਸੀਂ ਲੋਅ ਨਾਲ ਰਿਲੇਟਿਡ ਕੋਰਸ ਕਰ ਸਕਦੇ ਹੋ ਉਹ ਰਿਲੇਟਿਡ ਫੀਲਡ ਦੇ ਵਿੱਚ ਜਾਣ ਵਾਸਤੇ ਜੇ ਤੁਸੀਂ ਲੋਅ ਹੀ ਕਰਨਾ ਤਾਂ ਤੁਹਾਨੂੰ ਪ੍ਰੀ ਲਾਡ ਡਿਗਰੀ ਤੁਸੀਂ ਕਰ ਸਕਦੇ ਹੋ ਅਸੀਂ ਸਟੂਡੈਂਟਸ ਨੂੰ ਕੋਚ ਕਰਦੇ ਹਾਂ ਟੂ ਗੋ ਟੂ ਇੰਗਲੈਂਡ ਅਸਟ੍ਰੇਲੀਆ ਔਰ ਇਵਨ ਇੰਡੀਆ ਟੂ ਡੂ ਜਿਹੜੀ ਐਲ ਐਲ ਬੀ ਦੀ ਡਿਗਰੀ ਹੈਗੀ ਹੈ ਜੀ ਬਿਲਕੁਲ ਇੰਗਲੈਂਡ ਦਾ ਸਭ ਤੋਂ ਫਾਸਟੈਸਟ ਰਾਊਟ ਹੈਗਾ ਸੋ ਅਸੀਂ ਕਾਫੀ ਉਹਨਾਂ ਨੂੰ ਸਟੂਡੈਂਟਸ ਨੂੰ ਇਨਕਰੇਜ ਕਰਦੇ ਹਾਂ ਨਾਲੇ ਕੈਨੇਡਾ ਦੇ ਨਾਲ ਰਿਲੇਟਿਡ ਸਿਸਟਮ ਹੈਗਾ ਤੇ ਉਹਦੇ ਨਾਲ ਉਹਨਾਂ ਨੂੰ ਬੜੀ ਹੈਲਪ ਹੁੰਦੀ ਹੈ ਜਦੋਂ ਬਾਪਸ ਤੁਸੀਂ ਬਹੁਤ ਸਾਰੀਆਂ ਸਰਵਿਸਿਜ਼ ਦਿੰਦੇ ਆ ਜੀ ਯੂਕੇ ਦੇ ਵਿੱਚ ਹੈਗੀਆਂ ਨੇ ਅਸੀਂ ਦੇਖ ਰਹੇ ਹੈਗੇ ਆ ਕਿ ਬ੍ਰਿਟਿਸ਼ ਕੋਲੰਬੀਆ ਤਾਂ ਹੈਗਾ ਹੀ ਹੈਗਾ ਪ੍ਰੋਵਿੰਸ ਤੇ ਨਾਲ ਨਾਲ 온ਟ ਸਟੂਡੈਂਟਸ ਨੂੰ ਜਿਹੜਾ ਆ ਉਹ ਟੈਕਲ ਕਰਦੇ ਹੈਗੇ ਆ ਪਰ ਜਦੋਂ ਅਸੀਂ ਲਾਜ਼ ਦੀ ਲਾਅ ਦੀ ਗੱਲ ਕਰਦੇ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਸੀਟਸ ਕਈ ਵਾਰੀ ਘਟ ਜਾਂਦੀਆਂ ਨੇ ਖਾਸ ਕਰਕੇ ਜਿਹੜੇ ਇੱਥੇ ਬੋਰਨ ਬਰਾਡਾ ਬੱਚੇ ਹੁੰਦੇ ਆ ਉਹ ਕਿਤੇ ਹੋਰ ਜਾ ਕੇ ਲਾਅ ਦੀ ਡਿਗਰੀ ਕਰਦੇ ਐਜ਼ ਯੂ ਸੈਡ ਯੂਕੇ ਦੇ ਵਿੱਚ ਜਾਂਦੇ ਨੇ ਉੱਧਰ ਦੂਜੇ ਪਾਸੇ ਜਾ ਕੇ ਜਿਹੜੀ ਉਹ ਕਰਦੇ ਨੇ ਉਹਨਾਂ ਦੇ ਲਈ ਕਿਹੜਾ ਰਾਹ ਹੈ ਕਿਹੜਾ ਸੌਖਾ ਰਾਹ ਹੈ ਕਿ ਉਹ ਜਿਹਦੇ ਨਾਲ ਲਾਅ ਵੀ ਲਾਇਰ ਵੀ ਬਣ ਸਕਦੇ ਆ ਤੇ ਉਹ ਇੱਥੇ ਵੀ ਰਹਿ ਸਕਦੇ ਆ ਹਾਂਜੀ ਉਹਦੇ 'ਚ ਦੇਖੋ ਜਦੋਂ ਆਪਾਂ ਲਾਅ ਡਿਗਰੀ ਕਰਦੇ ਆ ਤੇ ਜੇ ਆਨਲਾਈਨ ਕਰੀਏ ਤੇ ਉਹਦੇ ਮਾਰਕਸ ਉਹਨੇ ਅੱਛੇ ਨਹੀਂ ਮਿਲਦੇ ਸ ਕਾ ਕੋਰਸ ਹੈ ਜਿਹੜਾ ਇਨ ਪਰਸਨ ਹੋਵੇ ਤਾਂ ਤੁਹਾਡੇ ਕੈਰੀਅਰ ਲਈ ਅੱਛਾ ਹੈਗਾ ਸੋ ਤੁਹਾਨੂੰ ਯੂਕੇ ਜਾਂ ਆਸਟ੍ਰੇਲੀਆ ਜਾ ਕੇ ਤੁਹਾਨੂੰ ਲਾਡ ਕਰਨਾ ਚਾਹੀਦਾ 2 ਸਾਲ ਦਾ ਵੀ ਹੁੰਦਾ 3 ਸਾਲ ਦਾ ਵੀ ਲਾ ਹੁੰਦਾ ਜਿਹਦੇ ਲਈ ਅਸੀਂ ਗਾਈਡ ਕਰਦੇ ਹਾਂ ਸੋ ਦੈਟ ਇਜ਼ ਅ ਵੈਰੀ ਗੁੱਡ ਰਾਊਟ ਫॉर ਸਟੂਡੈਂਟਸ ਐਂਡ ਤੁਸੀਂ ਵਾਪਸ ਆਂਦੇ ਹੋ ਤੁਸੀਂ ਸੇਮ ਪ੍ਰੋਸੈਸ ਐਨਸੀਏ ਦਾ ਹੈਗਾ ਨਾਲ ਤੁਹਾਡਾ ਪ੍ਰੈਕਟੀਕਲ ਟ੍ਰੇਨਿੰਗ ਹੁੰਦਾ ਅਨਦਰ 2 ਇਅਰਸ ਤੁਸੀਂ ਲਾ ਕਰ ਲਾਇਰ ਬਣ ਸਕਦੇ ਹੋ ਬਿਲਕੁਲ ਜਸ ਸੀਟਸ ਨਹੀਂ ਹੈਗੀਆਂ ਤੁਸੀਂ ਕਿਤੇ ਜਾ ਵੀ ਰਹੇ ਹੈਗੀਆਂ ਪਰ ਤੁਹਾਡੇ ਕੋਲ অপਸ਼ਨਸ ਹੈਗੀਆਂ ਨੇ ਤੁਸੀਂ ਇੱਥੇ ਆ ਕੇ ਜਿਹੜਾ ਲਾਇਰ ਬਣ ਸਕਦੇ ਹੋ ਹੁਣ ਅਸੀਂ ਸੁਣਦੇ ਹੁੰਨੇ ਆ ਕਿ ਇਹ ਫੈਮਿਲੀ ਲਾਇਰ ਹੈਗਾ ਕਿਉਂਕਿ ਲਾ ਦੀ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਉਹ ਨੌਲੇਜ ਕਈ ਵਾਰੀ ਨਹੀਂ ਹੁੰਦੀ ਕਈ ਵਾਰ ਲਾਇਰ ਤੱਕ ਸਾਡਾ ਰਾਹ ਹੀ ਨਿਬੰਦ ਆ ਬ ਜਾਣ ਨੂੰ ਆ ਹੀ ਨਹੀਂ ਪੈਂਦਾ ਕਈ ਵਾਰੀ ਸਾਰੀ ਉਮਰ ਵੀ ਲਾਇਰ ਦੇ ਕੋਲ ਵੀ ਜਾਣ ਦੀ ਲੋੜ ਪੈਂਦੀ ਹੈ ਪਰ ਹਾਂ ਕੈਨੇਡਾ ਦੇ ਸਿਸਟਮ ਦੇ ਵਿੱਚ ਲਾਇਰ ਤੋਂ ਬਹੁਤ ਸਾਰੀਆਂ ਸਰਵਿਸਿਜ਼ ਉਦਾਂ ਵੀ ਲਈਆਂ ਜਾਂਦੀਆਂ ਹੈਗੀਆਂ ਨੇ ਪਰ ਜਿਹੜੀਆਂ ਜ਼ਿਆਦਾ ਕ੍ਰਿਮੀਨਲ ਲਾ ਹੋ ਗਿਆ ਫੈਮਿਲੀ ਲਾ ਹੋ ਗਿਆ ਇਹ ਲਾ ਜਿਹੜਾ ਆ ਉਹ ਡਿਫਰੈਂਟ ਡਿਫਰੈਂਟ ਕਲਾਸੀਫਾਈ ਕੀਤਾ ਹੁੰਦਾ ਹੈ ਕੋਈ ਕਹਿ ਦਿੰਦਾ ਕਿ ਉਹ ਮੈਂ ਮਾਸਟਰ ਹੈਗਾ ਜੀ ਮੈਂ ਕ੍ਰਿਮੀਨਲ ਲਾ ਦੇ ਕੇਸ ਬੜੀ ਚੰਗੀ ਤਰ੍ਹਾਂ ਦੇਖ ਲੈਣਾ ਕੋਈ ਕਹਿੰਦਾ ਮੈਂ ਫੈਮਿਲੀ ਲਾ ਦੇ ਕੇਸ ਬੜੀ ਚੰਗੀ ਤਰ੍ਹਾਂ ਦੇਖ ਲੈਣਾ ਪਰ ਇਹ ਸਾਰਾ ਕੁਝ ਕਰਨ ਦੇ ਲਈ ਤੁਹਾਨੂੰ ਪੜ੍ਹਨਾ ਸਾਰਾ ਚੀਜ਼ ਕੀ ਗ੍ਰੀਜ਼ ਨਹੀਂ ਪੈਂਦਾ ਪੜਨਾ ਸਾਰਾ ਕੁਝ ਪੈਂਦਾ ਪੜਨਾ ਸਾਰਾ ਕੁਝ ਪੈਂਦਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਹਾਡਾ ਇੰਟਰਸਟ ਕੀ ਹੈ ਇੰਟਰਸਟ ਕੀ ਹੈ ਤੁਸੀਂ ਕਿਵੇਂ ਦਾ ਕਿਉਂਕਿ ਫੈਮਿਲੀ ਲਾਅ ਕਈ ਲੋਕ ਲੋਕਾਂ ਨੂੰ ਲੱਗਦਾ ਕਿ ਇਟ ਇਸ ਵੈਰੀ ਇਮੋਸ਼ਨਲੀ ਡ੍ਰੇਨਿੰਗ ਐਸ ਵੈਲ ਫਾਰ ਦਾ ਲਾਇਰ ਕਈ ਕੰਪੈਸ਼ਨਟ ਹੁੰਦੇ ਉਹਨਾਂ ਨੂੰ ਅੱਛਾ ਲੱਗਦਾ ਕਈਆਂ ਨੂੰ ਲੱਗਦਾ ਕਿ ਮੈਂ ਥੱਕ ਜਾਣਾ ਫੈਮਿਲੀ ਲਾਅ ਕਰਕੇ ਸ਼ਾਮ ਤੱਕ ਸੋ ਜਿਵੇਂ ਰੀਅਲ ਏਸਟੇਟ ਹੈ ਕਈਆਂ ਨੂੰ ਉਹ ਲੱਗਦਾ ਕਿ ਨਹੀਂ ਮੇਰੇ ਤੋਂ ਨਹੀਂ ਹੁੰਦੀ ਕਈ ਬਹੁਤ ਅੱਛੇ ਹੁੰਦੇ ਆ ਟਰਾਂਜੈਕਸ਼ਨਸ ਦੇ ਵਿੱਚ ਸੋ ਤੁਹਾਨੂੰ ਆਪਣਾ ਇੰਟਰਸਟ ਹੈਗਾ ਜੀ ਬਿਲਕੁਲ ਪਰ ਪੜ੍ਹਨਾ ਪਹਿਲਾਂ ਸਾਰਾ ਸਰਕਸ ਬੰਦਾ ਪਰ ਜੇ ਉਹ ਤੁਹਾਡੇ ਵਰਗਾ ਟੀਚਰ ਹੋਵੇ ਤਾਂ ਮੈਨੂੰ ਲੱਗਦਾ ਕੋਈ ਔਖੀ ਗੱਲ ਹੈ ਹੀ ਨਹੀਂਗੀ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਪੜਾਉਂਦੇ ਹੈਗੇ ਆ ਚਾਹੇ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਪੜਾਉਂਦੇ ਆ ਕਿਉਂਕਿ ਤੁਸੀਂ ਸਾਰੇ ਜਿਵੇਂ ਕਿਹਾ ਕਿ ਸਾਰੇ ਪਤਾ ਹੈ ਜਿਨੇ ਲਾਅ ਕੀਤੀ ਹੈ ਉਹਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੜ੍ਹਨਾ ਹੈਗਾ ਪਰ ਜਦੋਂ ਟੈਸਟ ਦੇਣਾ ਹੁੰਦਾ ਉਹ ਕਰੀ-ਕਰੀ ਥੋੜੀਆਂ-ਥੋੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਪਤਾ ਹੋਣੀਆ ਚਾਹੀਦੀਆਂ ਨੇ ਕਿ ਦਾ ਮਤਲਬ ਕੀ ਆ ਜੋ ਅਸੀਂ ਪੜ੍ਹ ਰਹੇ ਆ ਅਸਲ 'ਚ ਅਸੀਂ ਪੜ੍ਹ ਕੀ ਰਹੇ ਆ ਪੜ੍ਹ ਕੀ ਰਹੇ ਆ ਜੇ ਉਹਨੂੰ ਬਵਰਤਨਾ ਕਿਵੇਂ ਆ ਜਾਂ ਮੈਂ ਇਹਨੂੰ ਕਿ ਮੈਨੂੰ ਮ ਵਰਤਨਾ ਕਿਵੇਂ ਹੈ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਲਾ ਨੂੰ ਜੇ ਆਪਾਂ ਐਵੇਂ ਸੋਚੀਏ ਦੇਖਿਆ ਮੇਰਾ ਟੀਚਰ ਜਾਗ ਪਿਆ ਅੰਦਰਲਾ ਜੇ ਆਪਾਂ ਲਾ ਨੂੰ ਇਹ ਸੋਚੀਏ ਕਿ ਐਪਲੀਕੇਸ਼ਨ ਬੇਸਡ ਹੈਗਾ ਹਾਂਜੀ ਸੋ ਉਹ ਉਹਨੇ ਕੋਈ ਨਾ ਕੋਈ ਚੀਜ਼ ਨੂੰ ਹੱਲ ਕਰਨਾ ਹੈਗਾ ਸੋ ਉਸ ਦੇ ਹਿਸਾਬ ਨਾਲ ਮੇਰੇ ਇੱਕ ਬੜੇ ਪ੍ਰੋਨ ਸਟੂਡੈਂਟ ਹੈ ਉਹਨਾਂ ਨੂੰ ਮੈਂ ਇੱਕ ਉਹ ਕਹਿੰਦੇ ਸੀ ਮੈਡਮ ਮੈਨੂੰ ਪੰਜਾਬੀ ਚ ਸਮਝਾ ਦਿਓ ਇੱਕ ਵਾਰੀ ਕੀ ਗੱਲ ਹੈਗੀ ਵਾਸ ਅ ਵੈਰੀ ਗੁੱਡ ਬਿਜ਼ਨਸਮੈਨ ਮੈਂ ਕਿਹਾ ਜੀ ਤੁਸੀਂ ਇਹ ਸੋਚ ਲਓ ਵੀ ਇਹਦੇ ਚ ਮੁੱਦਾ ਕੀ ਹੈ ਹਾਂ ਸੋ ਜੋ ਮੁੱਦੇ ਦੇ ਬੇਸ ਤੇ ਆਪਾਂ ਐਪਲੀਕੇਸ਼ਨ ਬੇਸ ਉਹਨੂੰ ਪੜ੍ਹੀਏ ਤੇ ਫਿਰ ਹੋ ਜਾਂਦਾ ਹੈ ਜੀ ਬਿਲਕੁਲ ਜੇ ਜਦੋਂ ਤੁਹਾਡੇ ਸੈਲਿਬ੍ਰਿਟੀ ਜਿਹੜੇ ਨੇ ਉਹ ਸਟੂਡੈਂਟ ਹੋਣ ਤਾਂ ਫਿਰ ਤਾਂ ਉਹਦੇ ਵਿੱਚ ਗਰੀਸ ਨਹੀਂ ਜੇ ਤੁਸੀਂ ਉਹਨਾਂ ਨੂੰ ਪੜ੍ਹਾ ਸਕਦੇ ਆ ਕਿਉਂਕਿ ਉਹਨਾਂ ਨੇ ਨਹੀਂ ਸ਼ੀ ਇਜ਼ ਵੈਰੀ ਹਾਰਡ ਵਰਕਿੰਗ ਉਹਨਾਂ ਬਾਰੇ ਮੈਂ ਇੱਕ ਚੀਜ਼ ਕਹੂੰਗੀ ਸ਼ੀ ਇਜ਼ ਵੈਰੀ ਵੈਰੀ ਹਾਰਡ ਵਰਕਿੰਗ ਐਂਡ ਵੈਰੀ ਫੋਕਸ ਪਰਸਨ दैट 왓 ਆਈ ਲਰਨਡ ਵਾਈਲ ਸਪੈਂਡਿੰਗ ਟਾਈਮ ਵਿਦ ਹਰ ਥੈਟ ਕੀ ਉਹਦਾ ਉਹਦਾ ਕਿੰਨਾ ਫੋਕਸ ਹੈ ਮਤਲਬ ਵੈਨ ਸ਼ੀ ਇਜ਼ ਸਟੱਡੀਂਗ ਸਮਥਿੰਗ ਉਹਨੇ ਫਿਰ ਇਹ ਨਹੀਂ ਸੋਚਣਾ ਕਿ ਮੈਂ ਕੌਣ ਆ ਹੂੰ ਤੋ ਦੈਨ ਸ਼ੀ ਇਜ਼ ਜੋ ਕੰਟਰੈਕਟ ਲਾ ਪੜ ਰਹੇ ਨੇ ਤੋ ਦੈਨ ਸ਼ੀ ਇਜ਼ ਅ ਕੰਟਰੈਕਟ ਲਾ ਸਟੂਡੈਂਟ ਸੋ ਮੈਨ ਲੱਗਦਾ ਵੀ ਇਹ ਚੀਜ਼ ਸਿੱਖਣ ਵਾਲੀ ਹੈ ਦੂਸਰਿਆਂ ਤੋਂ ਆਪਾਂ ਨੂੰ ਉਹਨਾਂ ਦੀ ਜਰਨੀ ਤੋਂ ਇਹ ਚੀਜ਼ ਸਿੱਖਣੀ ਚਾਹੀਦੀ ਹੈ ਵੀ ਕੋਈ ਵੀ ਆਪਾਂ ਜਿਸ ਫੇਜ਼ ਦੇ ਵਿੱਚ ਜਿਸ ਲੈਵਲ ਤੇ ਹੈਗੇ ਆ ਜੇ ਆਪਾਂ ਉਹ ਨੂੰ ਭਗਤੀ ਵਾਂਗੂ ਸਰੈਂਡਰ ਕਰ ਦਈਏ ਦੈਨ ਇਟਸ ਡੂ ਅਪੋ ਜੀ ਬਿਲਕੁਲ ਅਸਲ ਦੀਪ ਜੀ ਜਿਹੜੇ ਲੋਕ ਕਰਨਾ ਚਾਹੁੰਦੇ ਨੇ ਐਨਸੀ ਦਾ ਐਗਜ਼ਾਮ ਦੇਣਾ ਚਾਹੁੰਦੇ ਨੇ ਟੋਟਲ ਕਾਸਟ ਕਿੰਨੀ ਕੋ ਉਹਨਾਂ ਨੂੰ ਪੈ ਜਾਂਦੀ ਹੋਣੀ ਹੈ ਜਿਹੜੇ ਐਗਜ਼ਾਮ ਨੇ ਉਹਨਾਂ ਦੀ origignal ਜਿਹੜੀ NCA ਦੀ ਵੈਲਿਊਏਸ਼ਨ ਫੀਸ ਹੈ ਉਹ ਅਰਾਊਂਡ 500 ਡਾਲਰਸ ਹੈਗੀ ਆ ਤੇ ਐਵੇਂ ਅਰਾਊਂਡ 500 ਡਾਲਰ ਪਰ ਐਗਜ਼ਾਮ ਫੀਸ ਹੈਗੀ ਆ ਸੋ ਟੋਟਲ ਜਿਹੜਾ ਹੈਗਾ ਤੁਹਾਡਾ 3000 ਦਾ ਖਰਚਾ ਹੁੰਦਾ ਫਿਰ ਜਿਹੜਾ ਲਾਇਸੈਂਸਿੰਗ ਪ੍ਰੋਸੈਸ ਹੁੰਦਾ ਲਾ ਸੋਸਾਇਟੀ ਦਾ ਉਹਦੇ ਚ ਨਦਰ 3000 ਦਾ ਤੁਹਾਡਾ ਉਹਨਾਂ ਦਾ ਲਾ ਸੋਸਾਇਟੀਆਂ ਦਾ ਆਪਣਾ ਆਪਣਾ ਹੈਗਾ ਜੇ ਆਪਾਂ ਅਲਬਰਟਾ ਤੋਂ ਕਰਦੇ ਆ ਜਾਂ BC ਤੋਂ ਕਰਦੇ ਆ ਬਾਕੀ ਆਪਣੇ ਪੜਨ ਪੜਾਉਂਦੇ ਆਪਣੀ ਲਾਈਫ ਦੇ ਉੱਤੇ ਆਪਣੇ ਕਿੰਨੇ ਖਰਚੇ ਹੁੰਦੇ ਸੋ ਮੈਨੂੰ ਲੱਗਦਾ ਕਿ ਔਨ ਐਨ ਐਵਰੇਜ ਜੇ ਤੁਸੀਂ ਸਾਰੇ ਲਾ ਲਓ ਤੇ ਤੁਸੀਂ ਪੂਰੀ ਡੈਡੀਕੇਸ਼ਨ ਦੇ ਨਾਲ ਖੁੱਲਾ ਖਰਚ ਵੀ ਕਰ ਲਓ ਤਾਂ ਵੀ 1015000 ਡਾਲਰ ਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਸਰਵਿਸਿਜ਼ ਲੈ ਕੇ ਸਿੱਖ ਕੇ ਤੇ ਪੜ ਸਕਦੇ ਜੀ ਬਿਲਕੁਲ ਸੋ ਇਹ ਹੈ ਕਿ ਜੇ ਤੁਹਾਡਾ ਲਾਅ ਦੇ ਵਿੱਚ ਇੰਟਰਸਟ ਹੈਗਾ ਆ ਜੇ ਤੁਸੀਂ ਚਾਹੁੰਦੇ ਆ ਕਿ ਲਾਅ ਕਰਨਾ ਹੈਗਾ ਪਰ ਏਜ ਨਹੀਂ ਮੈਟਰ ਕਰਦੀ ਉਹਦੇ ਲਈ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਕਿੱਥੇ ਪੜ ਰਹੇ ਹੈਗੇ ਆ ਇਹ ਮੈਟਰ ਜ਼ਰੂਰ ਕਰਦਾ ਕਿ ਟੀਚਰ ਕਿਵੇਂ ਪੜਾ ਰਿਹਾ ਹੈਗਾ ਨਹੀਂ ਤੁਹਾਡਾ ਆਪਣਾ ਫੋਕਸ ਬਹੁਤ ਮੈਟਰ ਕਰਦਾ ਹੈ ਜੀ ਬਿਲਕੁਲ ਟੀਚਰ ਜੀ ਬਿਲਕੁਲ ਥੈਟ ਇਜ਼ ਅ ਵੈਰੀ ਬਿਗ ਥਿੰਗ ਕਿ ਤੁਸੀਂ ਫੋਕਸ ਕਿਵੇਂ ਕਰਦੇ ਹੋ ਕਿਉਂਕਿ ਹੁਣ ਮੈਂ ਲਾਅ ਫਰਮ ਚ ਵੀ ਇਹ ਚੀਜ਼ ਨੋਟ ਕੀਤੀ ਹੈ ਕਿ ਜਦੋਂ ਤੁਸੀਂ ਕਲਾਇੰਟਸ ਨਾਲ ਕੰਮ ਕਰਦੇ ਹੋ ਤਾਂ ਜਿਹੜੀ ਉਹਨਾਂ ਨੂੰ ਜਿੰਨਾ ਉਹ ਜਿਵੇਂ ਉਹ ਆਪਣੀ ਚੀਜ਼ ਨੂੰ ਸਾਰਟ ਕਰਨਾ ਚਾਹੁੰਦੇ ਆ ਉਹ ਚੀਜ਼ ਬਹੁਤ ਮੈਟਰ ਕਰਦੀ ਹੈਗੀ ਸੋ ਤੁਹਾਡੀ ਆਪਣੀ ਜਿਹੜੀ ਹੈਗੀ ਹੈ ਕਾਬਲੀਅਤ ਹੈਗੀ ਹੈ ਆਪਣਾ ਆਪਣੇ ਆਪ ਤੇ ਭਰੋਸਾ ਹੈਗਾ ਆਪਣੀ ਜਿਹੜੀ ਤੁਹਾਡੀ ਜਰਨੀ ਹੈ ਉਹਦੇ ਤੁਸੀਂ ਖੁਦ ਮਾਸਟਰ ਹੋ ਤੇ ਤੁਸੀਂ ਜੋ ਵੀ ਚਾਹੋ ਕਰ ਸਕਦੇ ਜੀ ਬਿਲਕੁਲ ਤੇ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਤੁਹਾਨੂੰ ਜਾਣਨ ਦਾ ਮੌਕਾ ਮਿਲਿਆ ਹੈ ਤੁਹਾਡੇ ਜਿਹੜੀ ਟਿਊਸ਼ਨ ਹੈਗੀ ਹੈ ਜੋ ਤੁਸੀਂ ਪੜਾਉਂਦੇ ਆ ਉਹਦੇ ਬਾਰੇ ਜਾਣਨ ਦਾ ਮੌਕਾ ਮਿਲਿਆ ਧੰਨਵਾਦ ਤੁਹਾਡਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਲਾਅ ਦੇ ਕੋਈ ਟਾਪਿਕ ਲੈ ਕੇ ਗੱਲ ਕਰਦੇ ਰਵਾਂਗੇ ਇਨਫੋਰਮੇਸ਼ਨ ਬੇਸਡ ਕੋਈ ਨਾ ਕੋਈ ਗੱਲਬਾਤ ਕਰਦੇ ਰਵਾਂਗੇ ਪਰ ਅੱਜ ਦੇ ਲਈ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਮੈਸੇਜ ਦਵੋਗੇ ਜੀ ਅੱਜ ਸਾਡੇ ਵਿਊਰਸ ਨੂੰ ਮੈਂ ਸਾਰੇ ਵਿਊਰਸ ਨੂੰ ਇਹ ਮੈਸੇਜ ਦੇਵਾਂਗੀ ਕਿ ਤੁਸੀਂ ਆਪਣੇ ਜਿਹੜ ਵੀਊ ਜਿਹੜਾ ਇਹ ਪ੍ਰੋਗਰਾਮ ਹੈਗਾ ਲਾਅ ਦੇ ਪੁਆਇੰਟ ਆਫ 뷰 ਉਹਨਾਂ ਦੇਖ ਰਹੇ ਹੋ ਜਾਂ ਜ਼ਿੰਦਗੀ ਦੇ ਪੁਆਇੰਟ ਆਫ 뷰 ਉਹਨਾਂ ਦੇਖ ਰਹੇ ਹੋ ਜਾਂ ਤੁਸੀਂ ਕਿਸੇ ਲੀਗਲ ਉਲਝਣ ਚ ਉਲਝੇ ਹੋਏ ਹੋ ਸੋ ਤੁਸੀਂ ਉਸ ਚੀਜ਼ ਨੂੰ ਥੋੜਾ ਜਿਹਾ ਫੋਕਸ ਕਰੋ ਥੋੜੀ ਜੀ ਉਸ ਚੀਜ਼ ਤੋਂ ਪਿੱਛੇ ਹਟ ਕੇ ਇੱਕ ਵਾਰੀ ਸੋਚੋ ਤੇ ਉਹਨੂੰ ਆਪਣੇ ਜਿਹੜਾ ਜ਼ਮੀਨ ਆਪਣੀ ਲਾਈਫ ਦਾ ਜਿਹੜਾ ਹੈਗਾ ਸੁਪਨਾ ਹੈ ਉਹਨੂੰ ਪੂਰਾ ਕਰੋ ਤੇ ਗੋਲਵਰ ਕਲਾ ਤੇ ਕੈਨੇਡੀਅਨ ਲਾਅ ਟਿਊਟਰ ਵੱਲੋਂ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਮੁਕੰਮਲ ਹੋਣ ਲਈ ਬਹੁਤ ਬਹੁਤ uh good wishes and thank you very much ash for having me over here thank you so much once again ਸੋ ਕੈਨੇਡੀਅਨ ਲਾ ਟਿਊਟਰ ਨਵਦੀਪ ਕਾਲ ਵਰਕ ਗੋਲ ਵਰਕ ਦੇ ਨਾਮ ਨਾਲ ਤੁਸੀਂ ਇਹਨਾਂ ਨੂੰ ਜਾਣਦੇ ਹੋਗੇ ਆ ਸੋ ਜਿਨ੍ਹਾਂ ਨੇ ਲਾ ਦੇ ਬਾਰੇ ਬੜੀ ਸੋਹਣੀ ਤਰ੍ਹਾਂ ਨਾਲ ਇਨਫੋਰਮੇਸ਼ਨ ਦੁੱਤੀ ਹੈ ਕਿਤੇ ਵੀ ਬੈਠੇ ਐਨਸੀ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਇੱਕ ਵਾਰੀ ਇਹਨਾਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾ ਸਕਦਾ ਜੇ ਦਿਲ ਦੇ ਵਿੱਚ ਇੱਛਾ ਹੈਗੀ ਹੈ ਕਿ ਮੈਂ ਕੈਨੇਡੀਅਨ ਲਾਇਰ ਬੰਨਾ ਤਾਂ ਵੀ ਇਹਨਾਂ ਦੇ ਨਾਲ ਸੰਪਰਕ ਕਰਕੇ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਸੋ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਇਹ ਤੁਹਾਨੂੰ ਪਹੁੰਚਾਉਣਗੇ ਤੇ ਨਾਲ ਪੜਾਉਣ ਦੀ ਗੱਲ ਤਾਂ ਆਪਾਂ ਕਰ ਹੀ ਚੁੱਕੇ ਹੈਗੇ ਆ ਸੋ ਬਿਲਕੁਲ ਆਪਣੇ ਸੁਪਨਿਆਂ ਨੂੰ ਮਰਨ ਨਾ ਦਿਓ ਜ਼ਿੰਦਾ ਰੱਖੋ ਤੇ ਨਾਲ-ਨਾਲ ਕੇਸ ਜਿਵੇਂ ਇਹਨਾਂ ਨੇ ਕਿਹਾ ਕਿ ਹੋਣਾ ਜ਼ਰੂਰੀ ਹੈ ਜੇ ਫੋਕਸ ਦੇ ਨਾਲ ਕੰਮ ਕਰਾਂਗੇ ਤਾਂ ਕੋਈ ਵੀ ਚੀਜ਼ ਨਾਮੁਮਕ ਨਹੀਂ ਹੈਗੀ ਇਨਫਾਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸਾਂਝਾ ਟੀਵੀ